ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫਿਰੋਜ਼ਪੁਰ ਦੇ ਹਲਕਾ ਗੁਰਸਰਾਏ ਵਿਖੇ ਉਦਘਾਟਨ ਲਈ ਪਹੁੰਚੇ ਪਰ ਉੱਥੇ ਪਹੁੰਚ ਕੇ ਚੰਨੀ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਇਹ ਵਿਰੋਧ ਉੱਥੇ ਦੇ ਬੇਰੁਜ਼ਗਾਰ ATT ਪਾਸ ਅਧਿਆਪਕਾਂ ਵੱਲੋਂ ਕੀਤਾ ਗਿਆ ਸੀ। ਮੌਕੇ ਤੇ ਖੜੀ ਪੁਲਿਸ ਵਾਲਿਆਂ ਨੇ ਅਧਿਆਪਕਾਂ ਤੇ ਲਾਠੀਚਾਰਜ ਕੀਤਾ ਤੇ ਚੰਨੀ ਕੋਲ ਜਾਣ ਲਈ ਰੋਕਿਆ, ਪਰ ਉਸਦੇ ਉਲਟ ਅਧਿਆਪਕਾਂ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਅਤੇ ਇਹ ਜਾਣਕਾਰੀ ਵੀ ਮਿਲੀ ਹੈ ਕਿ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅਚਾਨਕ ਪੁਲਿਸ ਦੀਆਂ ਅੱਖਾਂ 'ਚ ਕੱਟਾ ਪਾ ਕੇ ਚੰਨੀ ਦਾ ਘਿਰਾਓ ਕੀਤਾ। ਤੇ ਇਹ ਜਾਇਜ਼ ਵੀ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਨੇ ਤੇ ਇਹਨਾਂ ਨੂੰ ਨੌਕਰੀ ਵੀ ਨਹੀਂ ਮਿਲ ਰਹੀ। ब्यूरो रिपोर्ट, लुधियाना टाइम्स। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫਿਰੋਜ਼ਪੁਰ ਦੇ ਹਲਕਾ ਗੁਰਸਰਾਏ ਵਿਖੇ ਉਦਘਾਟਨ ਲਈ ਪਹੁੰਚੇ ਪਰ ਉੱਥੇ ਪਹੁੰਚ ਕੇ ਚੰਨੀ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਇਹ ਵਿਰੋਧ ਉੱਥੇ ਦੇ ਬੇਰੁਜ਼ਗਾਰ ATT ਪਾਸ ਅਧਿਆਪਕਾਂ ਵੱਲੋਂ ਕੀਤਾ ਗਿਆ ਸੀ। ਮੌਕੇ ਤੇ ਖੜੀ ਪੁਲਿਸ ਵਾਲਿਆਂ ਨੇ ਅਧਿਆਪਕਾਂ ਤੇ ਲਾਠੀਚਾਰਜ ਕੀਤਾ ਤੇ ਚੰਨੀ ਕੋਲ ਜਾਣ ਲਈ ਰੋਕਿਆ, ਪਰ ਉਸਦੇ ਉਲਟ ਅਧਿਆਪਕਾਂ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਅਤੇ ਇਹ ਜਾਣਕਾਰੀ ਵੀ ਮਿਲੀ ਹੈ ਕਿ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅਚਾਨਕ ਪੁਲਿਸ ਦੀਆਂ ਅੱਖਾਂ 'ਚ ਕੱਟਾ ਪਾ ਕੇ ਚੰਨੀ ਦਾ ਘਿਰਾਓ ਕੀਤਾ। ਤੇ ਇਹ ਜਾਇਜ਼ ਵੀ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਨੇ ਤੇ ਇਹਨਾਂ ਨੂੰ ਨੌਕਰੀ ਵੀ ਨਹੀਂ ਮਿਲ ਰਹੀ। ब्यूरो रिपोर्ट, लुधियाना टाइम्स। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫਿਰੋਜ਼ਪੁਰ ਦੇ ਹਲਕਾ ਗੁਰਸਰਾਏ ਵਿਖੇ ਉਦਘਾਟਨ ਲਈ ਪਹੁੰਚੇ ਪਰ ਉੱਥੇ ਪਹੁੰਚ ਕੇ ਚੰਨੀ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਇਹ ਵਿਰੋਧ ਉੱਥੇ ਦੇ ਬੇਰੁਜ਼ਗਾਰ ATT ਪਾਸ ਅਧਿਆਪਕਾਂ ਵੱਲੋਂ ਕੀਤਾ ਗਿਆ ਸੀ। ਮੌਕੇ ਤੇ ਖੜੀ ਪੁਲਿਸ ਵਾਲਿਆਂ ਨੇ ਅਧਿਆਪਕਾਂ ਤੇ ਲਾਠੀਚਾਰਜ ਕੀਤਾ ਤੇ ਚੰਨੀ ਕੋਲ ਜਾਣ ਲਈ ਰੋਕਿਆ, ਪਰ ਉਸਦੇ ਉਲਟ ਅਧਿਆਪਕਾਂ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਅਤੇ ਇਹ ਜਾਣਕਾਰੀ ਵੀ ਮਿਲੀ ਹੈ ਕਿ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅਚਾਨਕ ਪੁਲਿਸ ਦੀਆਂ ਅੱਖਾਂ 'ਚ ਕੱਟਾ ਪਾ ਕੇ ਚੰਨੀ ਦਾ ਘਿਰਾਓ ਕੀਤਾ। ਤੇ ਇਹ ਜਾਇਜ਼ ਵੀ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਨੇ ਤੇ ਇਹਨਾਂ ਨੂੰ ਨੌਕਰੀ ਵੀ ਨਹੀਂ ਮਿਲ ਰਹੀ। ब्यूरो रिपोर्ट, लुधियाना टाइम्स।